ਕਰਦਾ ਤੁਸੀਂ ਸਾਰੇ ਖਰੀਦ ਦੇ ਨਾਲ ਹੋਵੋਗੇ। ਅੱਜ ਅਸੀਂ ਜਾਣਾ ਫੈਸਲਾਬਾਦ ਤੇ ਫੈਸਲਾਬਾਦ ਕਰਾਣੀ ਤੁਹਾਨੂੰ ਸੈਰ ਗੱਡੀ ਦੇ ਵਿੱਚ ਤੇ ਚੱਲਿਆ ਤੁਹਾਨੂੰ ਕਰਾਉਂਦੇ ਹਾਂ ਸੈਰ। ਕਿਸ ਤਰ੍ਹਾਂ ਜਾਣਾ ਫੈਸਲਾਬਾਦ ਤੇ ਕੈਮਰੇ ਦਾ ਰੁੱਖ ਕਰਦਾ ਚੈਨ ਤੇ ਕਰਾਉਂਦੇ ਹਾਂ ਤੁਹਾਨੂੰ ਸੈਰ। ਫਿਰ ਲਓ ਜੀ ਅਸੀਂ ਜਾ ਰਹੇ ਹਾਂ ਫੈਸਲਾਬਾਦ। ਇਹ ਭਾਈ ਹੋਰ ਬੈਠੇ ਨੇ ਨਾਲ, ਡਰਾਈਵਿੰਗ ਕਰ ਰਹੇ ਨੇ, ਇਹਨਾਂ ਦੇ ਨਾਲ ਜਾ ਰਹੇ ਹਾਂ ਫੈਸਲਾਬਾਦ। ਉੱਥੇ ਥੋੜ੍ਹਾ ਜਿਹਾ ਕੰਮ ਹੈ, ਨਜ਼ਾਰੇ ਕਰਾਉਂਦੇ ਹਾਂ ਫੈਸਲਾਬਾਦ ਦੇ। ਛੋਟਾ ਹੁੰਦਾ
ਆਏ ਕੋਈ ਨਹੀਂ ਪਤਾ ਨਹੀਂ ਕਿਹ ਬਣਿਆ
ਕਰਨੀ ਹੈ ਕਿ ਫਿਰ ਤੁਹਾਨੂੰ ਵਿਖਾਵਾਂਗੇ ਅੱਗੇ ਦਾ ਮਾਹੌਲ। ਪਿੱਛੇ ਦੇ ਸੜਕ ਹੈ ਅਤੇ ਟਰੈਕਟਰ ਸ਼ਰੈਕਟਰ ਆ ਜਾ ਰਹੇ ਨੇ, ਅਤੇ ਵਿਖਾਉਂਦੇ ਹਾਂ ਤੁਹਾਨੂੰ, ਖਾਂਦੇ ਹਾਂ ਖਾਣਾ ਛਾਣਾ, ਫਿਰ ਗੱਪ ਲਾਉਂਦੇ ਹਾਂ, ਵਿਖਾਉਂਦੇ ਹਾਂ ਤੁਹਾਨੂੰ ਦੇਸੀ ਮਾਹੌਲ ਦੇ ਅੰਦਰ ਖਾਣਾ। ਇਹਨਾਂ ਕੋਲ ਅਸੀਂ ਖਾਣਾ ਪੀਣਾ ਖਾਣਾ, ਤਾਂ ਵੇਖੋ ਚਾਹ ਸ਼ਾਹ ਪਾ ਰਹੇ ਨੇ, ਬੜਾ ਦੇਸੀ ਮਾਹੌਲ ਦਾ ਹੋਟਲ ਹੈ ਅਤੇ ਖਾਣਾ ਇਹਨਾਂ ਦਾ ਮਾਸ਼ਾਅੱਲਾ ਜ਼ਬਰਦਸਤ ਹੁੰਦਾ, ਬੰਦੇ ਦੇਸੀ ਮਾਹੌਲ ਦੇ ਅੰਦਰ ਸਾਰਾ ਕੁਝ ਹੁੰਦਾ ਇਹਨਾਂ ਕੋਲ। ਇਹਨਾਂ ਕੋਲ ਖਾਵਾਂਗੇ ਖਾਣਾ ਛਾਣਾ ਅਤੇ ਫਿਰ ਚੱਲਾਂਗੇ ਅੱਗੇ, ਹੋਟਲ ਦਾ ਨਜ਼ਾਰਾ ਕਰਾਉਂਦੇ ਹਾਂ ਤੁਹਾਨੂੰ। ਇਹ ਹੋਟਲ ਹੈ ਜਿੱਥੇ ਅਸੀਂ ਰੁਕੇ ਹਾਂ, ਦੇਸੀ ਜਿਹਾ ਹੋਟਲ ਹੈ ਇੱਥੇ, ਅਤੇ ਦੇਸੀ ਹੋਟਲ ਦਾ ਖਾਣਾ ਜ਼ਬਰਦਸਤ ਹੁੰਦਾ ਕਿ ਜਾਵਾਂਗੇ ਇਹਨਾਂ ਕੋਲ ਖਾਵਾਂਗੇ ਖਾਣਾ ਛਾਣਾ। ਇਹ ਭਾਈ ਸੈਫੁੱਲਾ ਬੈਠੇ ਹੋਏ, ਸੂਟਾਂ ਵੀ ਲਾਏ ਹੋਏ ਦੇ ਅੰਦਰ ਖਾਣਾ, ਇੱਥੇ ਖਾਣਾ ਦੇਸੀ ਮਾਹੌਲ ਦੇ ਅੰਦਰ, ਖੱਟਾਂ ਛੱਟਾਂ ਪਈਆਂ ਹੋਈਆਂ ਨੇ ਅਤੇ ਬੰਦੇ ਬਹਿ ਕੇ ਵੀ ਖਾਣਾ ਦੇਸੀ ਮਾਹੌਲ, ਅਤੇ ਨਾਲ ਹੀ ਸ਼ੱਕਰ ਸ਼ੱਕਰ ਅਤੇ ਖਾਂਦੇ ਹਾਂ ਰੋਟੀ, ਅਤੇ ਪਹਿਲੋਂ ਆਉਂਦੇ ਹਾਂ ਤੁਹਾਡੇ ਨਾਲ ਗੱਪ ਸ਼ਪ ਹੈ ਬਾਈ, ਔਰ ਕੰਮ ਕਾਜ ਕਰ ਦਿੱਤਾ ਸ਼ੁਰੂ ਅਤੇ ਫਿਰ ਅਸੀਂ ਜਾਵਣਾ ਅੱਗੇ। ਠੀਕ ਹੈ ਜੀ, ਰੋਟੀ ਖਾ। ਸਾਡੀ ਵੀਡੀਓ ਪਸੰਦ ਆਈ ਹੋਣੀ ਅਤੇ ਕਮੈਂਟਸ ਦੇ ਅੰਦਰ ਜ਼ਰੂਰ ਦੱਸਣਾ ਸਾਡੀ ਵੀਡੀਓ ਕਿਹੋ ਜਿਹੀ ਲੱਗੀ, ਅਤੇ ਜ਼ਿੰਦਗੀ ਰਹੀ ਤਾਂ ਫਿਰ ਮੁਲਾਕਾਤ ਹੋਏਗੀ ਅਗਲੀ ਵੀਡੀਓ ਦੇ ਅੰਦਰ ਇਨਸ਼ਾਅੱਲਾ, ਅਤੇ ਫਿਰ ਦਿਓ ਮੈਨੂੰ ਇਜਾਜ਼ਤ, ਅੱਲਾਹ ਹਾਫਿਜ਼।